ਜੀ ਬਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਸਨੀਵਾਲ ਸਾਹਿਬ ਦਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਪਤਾ ਹੈ, ਵਿਸਾਖੀ ਦਾ ਤਿਉਹਾਰ ਆਇਆ ਹੋਇਆ। ਵਿਸਾਖੀ ਦਾ ਤਿਉਹਾਰ ਜਿਹੜਾ ਸਿੱਖ ਧਰਮ ਦੇ ਵਿੱਚ ਇੱਕ ਪ੍ਰਮੁੱਖ ਤਿਉਹਾਰ ਹੈ, ਅਪ੍ਰੈਲ ਦੇ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਹਿੰਦੂ ਧਰਮ ਦਾ ਮਤਲਬ ਸਭ ਤੋਂ ਖਾਸ ਜਿਹੜਾ ਇਹ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਨੂੰ ਪੂਰੇ ਭਾਰਤ ਦੇ ਵਿੱਚ ਬੜੀ ਉਤਸੁਕਤਾ ਦੇ ਨਾਲ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ, ਪਰ ਜਿਹੜਾ ਪੰਜਾਬ ਦੇ ਵਿੱਚ ਇਸ ਦੀ ਇੱਕ ਵੱਖਰੀ ਗੂੰਜ ਹੁੰਦੀ ਹੈ। ਪੰਜਾਬ ਦੇ ਵਿੱਚ ਹਾੜੀ ਦੀ ਫਸਲ ਜਿਹੜੀ ਪੱਕਦੀ ਹੁੰਦੀ ਹੈ, ਉਸ ਦੀ ਖੁਸ਼ੀ ਜਿਹੜਾ ਕਿਸਾਨ ਹੈ ਵਿਸਾਖੀ ਦਾ ਤਿਉਹਾਰ ਮਨਾ ਕੇ ਜ਼ਾਹਿਰ ਕਰਦਾ ਹੈ, ਤਾਂ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ, ਆਓ ਇੱਕ ਨਜ਼ਰ ਮਾਰਦੇ ਹਾਂ। ਸਰ, ਕਣਕ ਦੀ ਸ਼ੁਰੂਆਤ ਹਰ ਸਾਲ ਵਿਸਾਖੀ 'ਤੇ ਹੁੰਦੀ ਹੈ ਜੀ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਇਸ ਟਾਈਮ 'ਤੇ, ਕਿਸਾਨਾਂ ਨੂੰ ਖੁਸ਼ੀ ਵੀ ਬਹੁਤ ਹੁੰਦੀ ਹੈ ਕਿ ਮਤਲਬ ਸਾਡੀਆਂ ਫਸਲਾਂ ਪੱਕ ਚੁੱਕੀਆਂ ਨੇ ਅਤੇ ਇਹਨਾਂ ਨੂੰ ਕੱਟ ਕੇ ਮੰਡੀ ਸੁੱਟਾਂਗੇ। ਇਸ ਟਾਈਮ 'ਤੇ ਕਿਸਾਨ ਵੀਰਾਂ ਨੂੰ ਦੁੱਖ ਵੀ ਬਹੁਤ ਜ਼ਿਆਦਾ ਹੈ ਕਿ ਜਿਹੜੇ ਕਾਲੇ ਕਾਨੂੰਨ ਸਰਕਾਰਾਂ ਨੇ ਇਹਨਾਂ 'ਤੇ ਥੋਪੇ ਨੇ, ਜੇਕਰ ਉਹ ਕਾਲੇ ਕਾਨੂੰਨ ਰੱਦ ਹੋ ਜਾਣ ਤਾਂ ਬਹੁਤ ਵਧੀਆ ਗੱਲ, ਕਿਸਾਨਾਂ ਦੀ ਜਿਹੜੀ ਖੁਸ਼ੀ ਆ ਉਹ ਦੁੱਗਣੀ ਹੋ ਜਾਣੀ। ਸ਼ੁਰੂਆਤ ਕਿੱਦਾਂ ਕੀਤੀ ਗਈ? ਸ਼ੁਰੂਆਤ ਅੱਜ ਸਰ ਗਿੱਧਾ ਭੰਗੜਾ ਕਰਕੇ ਇੰਜੋਏ ਕੀਤਾ ਜੀ ਸਾਰੇ ਮੁੰਡਿਆਂ ਨੇ, ਅਸੀਂ ਨਾਲ ਰਲ ਕੇ ਬੱਚਿਆਂ ਨੇ ਵੀ ਢੋਲ ਵਜਾਇਆ, ਨੱਚ ਕੇ ਭੰਗੜਾ ਪਾ ਕੇ ਅਤੇ ਕਣਕ ਦੀ ਵਾਢੀ ਦੀ ਖੁਸ਼ੀ ਮਨਾਈ ਜੀ। ਅੱਜ ਵੇਖੋ ਜੀ, ਜੋ ਅਸੀਂ ਪੁੱਤਾਂ ਨੂੰ ਕਣਕ ਜਿਹੜੀ ਸੀਗੀ ਪਾਲੀ ਸੀ, ਛਿਆ ਮਹੀਨਿਆਂ ਤੋਂ ਲਾ ਕੇ ਲਗਾਤਾਰ ਮਿਹਨਤ ਕਰ ਰਹੇ ਸਾਂ ਅਤੇ ਨਾਲ ਇਹਨੂੰ ਪਾ ਰਹੇ ਸੀ ਅਤੇ ਨਾਲ ਦਿੱਲੀ ਦੇ ਬਾਰਡਰ 'ਤੇ ਵੀ ਜਾ ਕੇ ਬੈਠੇ ਸਾਂ ਅਤੇ ਅੱਜ ਇਹ ਪੱਕ ਕੇ ਤਿਆਰ ਹੋ ਚੁੱਕੀ ਆ ਅਤੇ ਅੱਜ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਅਤੇ ਇਹਨੂੰ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਵਢਾਈ ਦੀ ਅਤੇ ਇਹਨੂੰ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਵੱਢ ਕੇ ਕਣਕ ਨੂੰ ਅਤੇ ਅਸੀਂ ਮੰਡੀ ਵਿੱਚ ਵਿਸਾਖੀ ਤੋਂ ਬਾਅਦ ਲੈ ਕੇ ਜਾਵਾਂਗੇ ਅਤੇ ਅੱਜ ਵੇਚਾਂਗੇ ਅਤੇ ਅੱਜ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਆ ਕਿ ਸਾਡੀ ਫਸਲ ਜਿਹੜੀ ਆ ਉਹ ਤਿਆਰ ਹੋਈ ਹੈ ਜੋ ਪੁੱਤਾਂ ਅਸੀਂ ਪਾ ਰਹੇ ਸਾਂ। ਦੂਸਰੇ ਪਾਸੇ ਜਿਹੜੇ ਕਾਲੇ ਕਾਨੂੰਨ 3 ਲੈ ਕੇ ਆਈ ਹੈ ਸਰਕਾਰ, ਉਹਨੂੰ ਰੱਦ ਕਰਾਉਣ ਵਾਸਤੇ ਜਿਹੜੇ ਅਸੀਂ ਚਿੰਤ ਬੈਠੇ ਹਾਂ ਅਤੇ ਅਸੀਂ ਧਰਨੇ ਮੁਜ਼ਾਹਰਿਆਂ ਦੇ ਉੱਤੇ ਲਗਾਤਾਰ ਦਿੱਲੀ ਜਾ ਕੇ ਬੈਠੇ ਹਾਂ, ਉੱਥੇ ਵੀ ਜਾਣ ਦੀਆਂ ਸਾਡੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ। ਅਸੀਂ ਇੱਕ ਅੰਮ੍ਰਿਤਸਰ ਦਾਣਾ ਮੰਡੀ ਜਿਹੜੀ 18 ਤਰੀਕ ਨੂੰ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਵੀ ਕਰ ਰਹੇ ਹਾਂ, ਉਹਦੇ ਨਾਲ ਨਾਲ ਅਸੀਂ ਆਪਣੀ ਫਸਲ ਨੂੰ ਵੀ ਸਾਂਭ ਰਹੇ ਹਾਂ ਅਤੇ ਔਰ ਜੋ ਅਸੀਂ ਦਿੱਲੀ ਜਾਵਾਂਗੇ ਅਤੇ ਪਿੰਡਾਂ ਦੇ ਵਿੱਚ ਅਸੀਂ ਮਤੇ ਪਾ ਚੁੱਕੇ ਹਾਂ, ਜੋ ਦਿੱਲੀ ਕਿਸਾਨ ਬੈਠੇ ਹੋਣਗੇ ਉਹਨਾਂ ਦੀ ਮਗਰੋਂ ਜਿਹੜੀ ਆ ਫਸਲ ਆ ਉਹ ਪਿੰਡ ਦੇ ਲੋਕ ਜਿਹੜੇ ਆਮ ਬੈਠੇ ਨੇ, ਬੀਬੀਆਂ ਬੱਚੇ ਬੈਠੇ ਨੇ, ਉਹ ਸਾਡੀ ਕਣਕ ਦੀ ਵਢਾਈ ਵੀ ਕਰਨਗੇ ਅਤੇ ਸਾਡੀ ਕਣਕ ਦੀ ਜਿਹੜੀ ਆ ਤੂੜੀ ਤੰਦ ਜੋ ਬਣਨ ਵਾਲਾ ਉਹਨੂੰ ਪਿੱਛੋਂ ਸਾਰਾ ਬਣਾ ਕੇ ਸਾਂਭਣਗੇ। ਹਲੋ